ਕੋਲਕਾਤਾ ਰੇਪ ਦੇ ਉੱਤੇ ਕਤਲ ਮਾਮਲੇ 'ਚ ਸੁਪਰੀਮ ਕੋਰਟ ਨੇ ਖੁਦ ਲਿਆ ਨੋਟਿਸ। ਮੰਗਲਵਾਰ ਨੂੰ CGI ਦੀ ਅਗਵਾਈ ਵਾਲੀ ਬੈਂਚ ਕਰੇਗੀ ਸੁਣਵਾਈ। ਪਟਿਆਲਾ ਦੇ ਵਿੱਚ ਡਾਕਟਰਾਂ ਦੀ ਹੜਤਾਲ ਦੇ ਵਿੱਚ ਪਹੁੰਚੇ ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ। ਹੜਤਾਲ ਖਤਮ ਕਰਨ ਦੀ ਕੀਤੀ ਅਪੀਲ, ਕਿਹਾ ਪ੍ਰਧਾਨ ਮੰਤਰੀ ਮੋਦੀ ਤੇ ਗ੍ਰਹਿ ਮੰਤਰੀ ਨੂੰ ਚਿੱਠੀ ਲਿਖ ਕੇ ਕਾਰਵਾਈ ਦੇ ਲਈ ਕਰਾਂਗੇ ਅਪੀਲ। ਆਮ ਆਦਮੀ ਪਾਰਟੀ ਦੇ MP ਹਰਭਜਨ ਸਿੰਘ ਦੇ ਵੱਲੋਂ ਡਾਕਟਰਾਂ ਦੀ ਹੜਤਾਲ ਦਾ ਸਮਰਥਨ। ਕੋਲਕਾਤਾ ਦੀ ਨਿਰਭਿਆ ਦੇ ਦੋਸ਼ੀਆਂ ਨੂੰ ਸਖ਼ਤ ਸਜ਼ਾ ਦੇਣ ਦੀ ਚੁੱਕੀ ਮੰਗ। ਓਪਨ ਲੈਟਰ ਦੇ ਵਿੱਚ ਕਿਹਾ ਇੱਕ ਹਫ਼ਤੇ ਬਾਅਦ ਵੀ ਨਹੀਂ ਹੋਈ ਕੋਈ ਠੋਸ ਕਾਰਵਾਈ। ਪੀਐਮ ਮਾਨ ਨੇ ਪੈਰਿਸ ਓਲੰਪਿਕ ਦੇ ਵਿੱਚ ਹਿੱਸਾ ਲੈਣ ਵਾਲੇ ਪੰਜਾਬੀ ਖਿਡਾਰੀਆਂ ਨੂੰ ਕੀਤਾ ਸਨਮਾਨਿਤ। ਹਾਕੀ ਟੀਮ ਦੇ ਖਿਡਾਰੀਆਂ ਨੂੰ ਦਿੱਤੇ 1-1 ਕਰੋੜ ਰੁਪਏ। ਬੋਲੇ ਜਲਦ ਮੋਹਾਲੀ 'ਚ ਕਰਵਾਵਾਂਗੇ 4 ਦੇਸ਼ਾਂ ਦਾ ਹਾਕੀ ਟੂਰਨਾਮੈਂਟ। ਤਹਿਸੀਲਦਾਰਾਂ ਨੇ ਵਾਪਸ ਲਈ ਹੜਤਾਲ ਦੀ ਕਾਲ। ਮੰਤਰੀ ਜਿੰਪਾ ਦੇ ਨਾਲ ਮੀਟਿੰਗ ਦੇ ਵਿੱਚ ਬਣੀ ਸਹਿਮਤੀ। ਕੱਲ੍ਹ ਤੋਂ 3 ਦਿਨ ਦੀ ਹੜਤਾਲ ਦੇ ਉੱਤੇ ਜਾਣ ਦਾ ਕੀਤਾ ਗਿਆ ਸੀ ਐਲਾਨ। ਸੁਖਬੀਰ ਸਿੰਘ ਬਾਦਲ ਦੀਆਂ ਗਿੱਦੜਬਾਹਾ ਦੇ ਵਿੱਚ ਸਰਗਰਮੀਆਂ ਨੇ ਛੇੜੀ ਨਵੀਂ ਚਰਚਾ। ਸੁਖਬੀਰ ਸਿੰਘ ਬਾਦਲ ਲੜ ਸਕਦੇ ਨੇ ਗਿੱਦੜਬਾਹਾ ਤੋਂ ਜ਼ਿਮਨੀ ਚੋਣ। ਅੱਜ ਲਗਾਤਾਰ ਦੂਜੇ ਦਿਨ ਵੀ ਗਿੱਦੜਬਾਹਾ ਦਾ ਕਰ ਰਹੇ ਨੇ ਦੌਰਾ। ਸਤਿ ਸ਼੍ਰੀ ਅਕਾਲ, ਸਵਾਗਤ ਹੈ, ਗੌਰਵ ਸ਼ੁਕਲਾ ਮੈਂ ਹਾਂ ਤੁਹਾਡੇ ਨਾਲ ਤੇ ਹਾਜ਼ਰ ਹਾਂ ਇਸ ਸਮੇਂ ਦੇ ਬੁਲੇਟਿਨ ਦੇ ਨਾਲ ਤੇ ਇੱਕ ਅਹਿਮ ਤੇ ਵੱਡੀ ਖਬਰ ਹੈ ਉਸ ਦੇ ਨਾਲ ਸ਼ੁਰੂਆਤ ਕਰਨ ਜਾ ਰਹੇ ਹਾਂ। ਇਸ ਸਮੇਂ ਕੋਲਕਾਤਾ ਦੇ ਵਿੱਚ ਹੋਏ ਰੇਪ ਤੇ ਕਤਲ ਮਾਮਲੇ ਦੀ ਗੂੰਜ ਪੂਰੇ ਦੇਸ਼ ਦੇ ਵਿੱਚ ਸੁਣਾਈ ਦੇ ਰਹੀ ਹੈ ਔਰ ਇਸ ਮਾਮਲੇ ਦੇ ਵਿੱਚ ਹੁਣ ਸੁਪਰੀਮ ਕੋਰਟ ਨੇ ਵੀ ਪੂਰੇ ਮਾਮਲੇ 'ਚ ਨੋਟਿਸ ਲਿਆ। ਇਸੂਮੋਟੋ ਲਿਆ ਗਿਆ ਸੁਪਰੀਮ ਕੋਰਟ ਦੇ ਵੱਲੋਂ। ਆਲਰੇਡੀ ਪੂਰੇ ਮਾਮਲੇ ਦੀ ਜਾਂਚ CBI ਦੇ ਕੋਲ ਹੈ। ਕੋਲਕਾਤਾ ਹਾਈ ਕੋਰਟ ਨੇ ਸੌਂਪੀ ਸੀ CBI ਨੂੰ ਜਾਂਚ ਤੇ ਇਸ ਵਿਚਾਲੇ ਹੁਣ ਹਾਈ ਕੋਰਟ ਤੋਂ ਬਾਅਦ ਸੁਪਰੀਮ ਕੋਰਟ ਨੇ ਇਸੂਮੋਟੋ ਇਸ ਪੂਰੇ ਮਾਮਲੇ ਦੇ ਵਿੱਚ ਲਿਆ। ਅਹਿਮ ਜਾਣਕਾਰੀ ਹੈ, ਵੱਡੀ ਖਬਰ ਦੇ ਨਾਲ ਸ਼ੁਰੂਆਤ ਕਰ ਰਹੇ ਹਾਂ। ਕੋਲਕਾਤਾ ਦੇ ਵਿੱਚ ਦਰਿੰਦਗੀ ਦਾ ਜੋ ਪੂਰਾ ਮਾਮਲਾ ਜਿਸ ਦੇ ਵਿੱਚ ਇੱਕ ਟ੍ਰੇਨੀ ਡਾਕਟਰ ਦਾ ਕਤਲ ਕਰ ਦਿੱਤਾ ਗਿਆ ਰੇਪ ਤੋਂ ਬਾਅਦ ਬਹੁਤ ਹੀ ਦਰਿੰਦਗੀ ਦੇ ਨਾਲ ਕਤਲ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਤਾਂ ਉਸ ਪੂਰੇ ਮਾਮਲੇ ਵਿੱਚ ਸੁਪਰੀਮ ਕੋਰਟ ਦੇ ਵੱਲੋਂ ਇਸੂਮੋਟੋ ਲਿਆ ਗਿਆ। ਖੁਦ ਨੋਟਿਸ ਲਿਆ ਸੁਪਰੀਮ ਕੋਰਟ ਨੇ ਔਰ ਕਾਬਲੇ ਗੌਰ ਹੈ ਕਿ ਇਸ ਪੂਰੇ ਮਾਮਲੇ 'ਚ CGI ਦੀ ਬੈਂਚ ਸੁਣਵਾਈ ਕਰੇਗੀ ਮੰਗਲਵਾਰ ਨੂੰ। ਚੀਫ ਜਸਟਿਸ ਆਫ ਇੰਡੀਆ DY ਚੰਦਰਚੂੜ ਉਹਨਾਂ ਦੀ ਅਗਵਾਈ ਵਾਲੀ ਬੈਂਚ ਇਸ ਪੂਰੇ ਮਾਮਲੇ 'ਚ ਸੁਣਵਾਈ ਕਰੇਗੀ। ਕਾਬਲੇ ਗੌਰ ਹੈ ਕਿ ਬੈਂਚ ਦੇ ਵਿੱਚ CGI ਤੋਂ ਇਲਾਵਾ ਜਸਟਿਸ JB ਪਾਰਧੀਵਾਲ ਅਤੇ ਮਨੋਜ ਮਿਸ਼ਰਾ ਵੀ ਸ਼ਾਮਿਲ ਹੋਣਗੇ। ਹੁਣ ਇਸ ਪੂਰੇ ਮਾਮਲੇ 'ਚ ਕੀ ਕਿਹਾ ਜਾਂਦਾ ਹੈ, ਬਹੁਤ ਸਾਰਿਆਂ ਦੇ ਤਰ੍ਹਾਂ ਦੇ ਤੱਥ ਇਸ ਸਮੇਂ ਨਿਕਲ ਕੇ ਸਾਹਮਣੇ ਆ ਰਹੇ ਨੇ। ਦਾਅਵੇ ਕੀਤੇ ਜਾ ਰਹੇ ਨੇ ਕਿ ਜਿਸ ਟ੍ਰੇਨੀ ਡਾਕਟਰ ਦੇ ਨਾਲ ਇਸ ਸਹਿਮਾਨੀਅਤ ਨੂੰ ਅੰਜਾਮ ਦਿੱਤਾ ਗਿਆ ਉਹ ਕੁਝ ਖੁਲਾਸੇ ਕਰਨ ਵਾਲੀ ਸੀ ਕਿ ਉਹ ਜਿਹੜੇ ਹਿਊਮਨ ਔਰਗਨਸ ਨੇ ਉਹਨਾਂ ਨੂੰ ਲੈ ਕੇ ਕੋਈ ਤਸਕਰੀ ਹੁੰਦੀ ਹੈ ਉਸ ਨੂੰ ਲੈ ਕੇ ਕੋਈ ਖੁਲਾਸਾ ਕੀਤਾ ਜਾਣਾ ਸੀ। ਇਸ ਤਰੀਕੇ ਦੀਆਂ ਵੀ ਚਰਚਾਵਾਂ ਖੂਬ ਇਸ ਸਮੇਂ ਚੱਲ ਰਹੀਆਂ ਨੇ ਤਾਂ ਕਿ ਉਸ ਲੜਕੀ ਨੂੰ ਟਾਰਗੇਟ ਕਰਕੇ ਇਸ ਤਰੀਕੇ ਨਾਲ ਮੌਤ ਦਿੱਤੀ ਗਈ। ਬਹੁਤ ਸਾਰੇ ਮਾਮਲੇ ਦੇ ਵਿੱਚ ਸਵਾਲ ਉੱਠ ਰਹੇ ਨੇ ਪਰ ਇਹ ਵੀ ਤੁਹਾਨੂੰ ਦੱਸ ਦਈਏ ਕਿ CBI ਇਸ ਪੂਰੇ ਮਾਮਲੇ ਦੀ ਜਾਂਚ ਕਰ ਰਹੀ ਹੈ। CBI ਲਗਾਤਾਰ ਵਿਜ਼ਿਟ ਕਰ ਰਹੀ ਹੈ ਉੱਥੇ, CBI ਦੀ ਟੀਮ ਨੇ ਸਾਰੇ ਸਬੂਤ ਇਕੱਠੇ ਕਰਨ ਦੀ ਕੋਸ਼ਿਸ਼ ਕੀਤੀ ਹੈ। ਇੱਕ ਮੁਲਜ਼ਮ ਹੁਣ ਤੱਕ ਇਸ ਪੂਰੇ ਮਾਮਲੇ 'ਚ ਗ੍ਰਿਫਤਾਰ ਕੀਤਾ ਗਿਆ ਔਰ ਇਹ ਵੀ ਲਗਾਤਾਰ ਮੰਗ ਹੋ ਰਹੀ ਹੈ ਕਿ ਜਿਹੜੇ ਹੋਰ ਮੁਲਜ਼ਮ ਨੇ ਜਾਂ ਹੋਰ ਕੌਣ ਕੌਣ ਉਸਦੇ ਵਿੱਚ ਸ਼ਾਮਿਲ ਸੀ ਉਹ ਵੀ ਤੱਥ ਨਿਕਲ ਕੇ ਸਾਹਮਣੇ ਆਉਣ। ਤਾਂ ਕੋਲਕਾਤਾ ਦੇ ਵਿੱਚ ਆਰਜੀਕਰ ਮੈਡੀਕਲ ਕਾਲਜ ਦੇ ਵਿੱਚ ਇਹ ਪੂਰਾ ਘਟਨਾਕ੍ਰਮ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਸੀ। ਦਰਿੰਦਗੀ ਦੇ ਖਿਲਾਫ਼ ਗੁੱਸਾ ਦੇਸ਼ ਭਰ ਦੇ ਵਿੱਚ ਹੈ। ਡਾਕਟਰਸ ਲਗਾਤਾਰ ਇਸ ਪੂਰੇ ਮਾਮਲੇ 'ਚ ਇਨਸਾਫ਼ ਦੀ ਮੰਗ ਕਰ ਰਹੇ ਹਾਂ ਕਿ ਹੁਣ ਮਾਮਲੇ 'ਚ ਸੁਪਰੀਮ ਕੋਰਟ ਸੁਣਵਾਈ ਹੋਏਗੀ ਮੰਗਲਵਾਰ। ਹੁਣ ਅੱਗੇ ਵੱਧਦੇ ਹਾਂ ਤਾਂ ਇਸੀ ਮਾਮਲੇ ਨਾਲ ਜੁੜਿਆ ਹੋਇਆ ਮਾਮਲਾ ਹੈ ਜੋ ਕੋਲਕਾਤਾ ਦੇ ਵਿੱਚ ਹੋਇਆ। ਉਸ ਤੋਂ ਬਾਅਦ ਗੁੱਸਾ ਸਿਰਫ ਡਾਕਟਰਸ ਦੇ ਵਿੱਚ ਨਹੀਂ ਹੈ ਬਲਕਿ ਪੂਰੇ ਦੇਸ਼ ਦੇ ਵਿੱਚ ਹੈ।
ਲੋਕਾਂ ਦੇ ਅੰਦਰ ਹੈ ਕਿ ਆਖਿਰ ਕਿਵੇਂ ਔਰਤਾਂ ਨੂੰ ਜਾਂ ਮਹਿਲਾਵਾਂ ਨੂੰ ਲੈ ਕੇ ਇਸ ਤਰੀਕੇ ਨਾਲ ਕੋਈ ਘਟਨਾਕ੍ਰਮ ਨੂੰ ਅੰਜਾਮ ਦਿੱਤਾ ਜਾ ਸਕਦਾ ਹੈ। ਉਧਰ ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਹਰਭਜਨ ਸਿੰਘ ਹੋਰਾਂ ਦੇ ਵੱਲੋਂ ਵੀ ਇੱਕ ਬਿਆਨ ਜਾਰੀ ਕੀਤਾ ਗਿਆ, ਇੱਕ ਓਪਨ ਲੈਟਰ ਲਿਖੀ ਗਈ ਹੈ ਕਿ ਉਹਨਾਂ ਨੇ ਕੋਲਕਾਤਾ ਦੀ ਨਿਰਭਿਆ ਦੇ ਲਈ ਇਨਸਾਫ਼ ਦੀ ਮੰਗ ਕੀਤੀ ਹਰਭਜਨ ਸਿੰਘ ਨੇ, ਅਤੇ ਇੱਕ ਤਰੀਕੇ ਨਾਲ ਡਾਕਟਰਾਂ ਦੀ ਹੜਤਾਲ ਦਾ ਸਮਰਥਨ ਵੀ ਭੱਜੀ ਦੇ ਵੱਲੋਂ ਕੀਤਾ ਗਿਆ। ਕਾਬਲੇ ਗੌਰ ਹੈ ਕਿ ਹਰਭਜਨ ਸਿੰਘ ਨੇ ਇੱਕ ਓਪਨ ਲੈਟਰ ਲਿਖੀ ਹੈ, ਉਹਨਾਂ ਨੇ ਪੱਛਮ ਬੰਗਾਲ ਦੀ ਸੀ ਐਮ ਮਮਤਾ ਬੈਨਰਜੀ, ਸੀ ਬੀ ਆਈ ਅਤੇ ਆਮ ਲੋਕਾਂ ਦੇ ਨਾਮ ਇਹ ਓਪਨ ਲੈਟਰ ਲਿਖੀ ਅਤੇ ਕਿਹਾ ਕਿ ਇੱਕ ਹਫ਼ਤੇ ਬਾਅਦ ਵੀ ਕੋਈ ਠੋਸ ਕਾਰਵਾਈ ਇਸ ਪੂਰੇ ਮਾਮਲੇ 'ਚ ਨਹੀਂ ਹੋਈ, ਕੋਈ ਠੋਸ ਕਾਰਵਾਈ ਨਾ ਹੋਣ ਕਰਕੇ ਡਾਕਟਰਾਂ ਦੇ ਵਿੱਚ ਕਾਫ਼ੀ ਰੋਸ ਹੈ। ਭੱਜੀ ਕਹਿੰਦੇ ਨੇ ਕਿ ਦੋਸ਼ੀਆਂ ਨੂੰ ਸਖ਼ਤ ਸਜ਼ਾਵਾਂ ਮਿਲਣੀਆਂ ਚਾਹੀਦੀਆਂ ਨੇ, ਦੋਸ਼ੀਆਂ ਨੂੰ ਅਜਿਹੀ ਸਜ਼ਾ ਮਿਲੇ ਜੋ ਇੱਕ ਮਿਸਾਲ ਬਣ ਜਾਵੇ। ਇੱਕ ਓਪਨ ਲੈਟਰ ਲਿਖੀ ਗਈ ਹੈ ਹਰਭਜਨ ਸਿੰਘ ਦੇ ਵੱਲੋਂ, ਇੰਡੀਅਨ ਕ੍ਰਿਕਟ ਦਾ ਇੱਕ ਬਹੁਤ ਵੱਡਾ ਨਾਮ ਹਰਭਜਨ ਸਿੰਘ ਮੌਜੂਦਾ ਸਮੇਂ ਦੇ ਵਿੱਚ ਰਾਜ ਸਭਾ ਦੇ ਮੈਂਬਰ ਨੇ ਔਰ ਵੱਖ ਵੱਖ ਇਸ਼ੂਜ਼ ਦੇ ਉੱਤੇ ਅੱਗੇ ਵੀ ਹਰਭਜਨ ਸਿੰਘ ਆਪਣੀ ਗੱਲ ਰੱਖਦੇ ਰਹੇ ਨੇ, ਪਰ ਜੇ ਅਸੀਂ ਕੋਲਕਾਤਾ ਦੇ ਪੂਰੇ ਇਸ਼ੂ ਤੇ ਗੱਲ ਕਰੀਏ ਤਾਂ ਬਹੁਤ ਖੁੱਲ੍ਹ ਕੇ ਓਪਨ ਲੈਟਰ ਦੇ ਵਿੱਚ ਡਾਇਰੈਕਟਲੀ ਉਹ ਕਹਿੰਦੇ ਨਜ਼ਰ ਆਏ ਨੇ ਕਿ ਇੱਕ ਹਫ਼ਤਾ ਹੋ ਗਿਆ, ਹੋਇਆ ਕੀ, ਕੋਈ ਠੋਸ ਕਾਰਵਾਈ ਹੁਣ ਤੱਕ ਨਹੀਂ ਹੋਈ। ਅਤੇ ਉਹਨਾਂ ਨੇ ਕਿਹਾ ਕਿ ਕੋਲਕਾਤਾ ਰੇਪ ਮਰਡਰ ਦੀ ਘਟਨਾ ਨੇ ਸਾਨੂੰ ਸੰਜੋੜ ਕੇ ਰੱਖ ਦਿੱਤਾ ਹੈ, ਪੀੜਤਾਂ ਨੂੰ ਜਲਦ ਤੋਂ ਜਲਦ ਇਨਸਾਫ਼ ਦਿੱਤਾ ਜਾਣਾ ਚਾਹੀਦਾ। ਹਮਾਰੀ ਦੇਸ਼ ਕੀ ਬੇਟੀ ਕੇ ਸਾਥ ਜੋ ਹੁਆ ਉਹ ਬਹੁਤ ਗਲਤ ਹੁਆ ਔਰ ਉਸਕੋ ਇਨਸਾਫ਼ ਦਿਲਾਨੇ ਕੇ ਲੀਏ ਮੁਝੇ ਲਗਤਾ ਹੈ ਹਮ ਸਭਕੋ ਏਕਜੁੱਟ ਹੋ ਕੇ ਸਾਹਮਣੇ ਆਉਣਾ ਚਾਹੀਏ ਔਰ ਇਸਕੋ ਕੋਈ ਵੀ ਪੋਲੀਟੀਕਲ ਮੁੱਦਾ ਨਹੀਂ ਬਣਾਉਣਾ ਚਾਹੀਏ। ਮੇਰਾ ਸਭ ਉਨ ਅਧਿਕਾਰੀਓ ਸੇ ਉਨ ਸਭ ਲੋਕੋਂ ਸੇ ਇੱਕ ਬੇਨਤੀ ਹੈ ਕਿ ਜਲਦ ਸੇ ਜਲਦ ਇਸ ਬੱਚੀ ਕੋ ਇਨਸਾਫ਼ ਮਿਲੇ, ਕਿਉਂਕਿ ਉਸਨੇ ਤੋ ਆਪਣੀ ਜਾਨ ਦੇ ਦੀ, ਹਮ ਨਹੀਂ ਚਾਹਤੇ ਹੈ ਕਿ ਆਉਣੇ ਵਾਲੇ ਸਮੇਂ ਮੇਂ ਕੋਈ ਵੀ ਐਸਾ ਕਾਮ ਹੋ ਜਿਸਕੇ ਕਾਰਨ ਹਮਾਰਾ ਸਰ ਜੋ ਹੈ ਵੋ ਸ਼ਰਮ ਸੇ ਝੁਕ ਜਾਏ। ਹਮ ਇੱਕ ਐਸੇ ਦੇਸ਼ ਕੇ ਨਾਗਰਿਕ ਹੈ ਜਹਾਂ ਪੇ ਹਮ ਮਿਲ ਜੁਲ ਕੇ ਰਹਤੇ ਹੈ, ਬਟ ਐਸੀ ਘਿਨੌਨੀ ਹਰਕਤ ਕਾ ਕਰਨੇ ਵਾਲੋਂ ਕੋ ਜ਼ਰੂਰ ਸਜ਼ਾ ਮਿਲਣੀ ਚਾਹੀਏ। ਮੈਂ ਮਮਤਾ ਦੀਦੀ ਸੇ, ਵਹਾਂ ਕੇ ਗਵਰਨਰ ਸਾਹਿਬ ਸੇ ਔਰ ਵੀ ਬੜੇ ਪਦਿਤ ਅਧਿਕਾਰੀਓ ਸੇ, ਨਰਿੰਦਰ ਮੋਦੀ ਸਾਹਿਬ ਸੇ, ਰਾਸ਼ਟਰਪਤੀ ਜੀ ਸੇ ਔਰ ਜਿਤਨੇ ਵੀ ਔਰ ਦੇਸ਼ ਕੇ ਬੜੇ ਨੇਤਾ ਹੈ, ਸਭਕੋ ਮੈਂ ਇਹੀ ਕਹਿਣਾ ਚਾਹਤਾ ਹੂੰ ਕਿ ਇਹ ਵੋ ਸਮੇਂ ਹੈ ਜਬ ਹਮ ਸਭਕੋ ਇਕੱਠਾ ਹੋ ਕੇ ਇੱਕ ਐਸਾ ਅਸੂਲ ਨਿਯਮ ਬਣਾਉਣਾ ਚਾਹੀਏ ਜਹਾਂ ਪੇ ਆਉਣੇ ਵਾਲੇ ਹਰ ਐਸੇ ਸਮੇਂ ਮੇਂ ਐਸੀ ਘਿਨੌਨੀ ਹਰਕਤ ਕਰਨੇ ਵਾਲੇ ਕੇ ਜ਼ਹਿਨ ਮੇਂ ਇਹ ਚੀਜ਼ ਰਹੇ ਕਿ ਅਗਰ ਐਸਾ ਉਹ ਸੋਚਤੇ ਵੀ ਹੈ ਤੋ ਉਸਕਾ ਅੰਜਾਮ ਕਿਆ ਹੋਗਾ। ਕੱਲ ਮੈਂ ਕਲਕੱਤਾ ਮੇਂ ਇਨਸਾਫ਼ ਦੀ ਮੰਗ ਕੀਤੀ ਜਾ ਰਹੀ ਹੈ, ਇਸ ਸਮੇਂ ਸਿਰਫ ਹਰਭਜਨ ਸਿੰਘ ਹੋਰਾਂ ਦੇ ਵੱਲੋਂ ਵੀ ਨਹੀਂ ਬਲਕਿ ਪੂਰੇ ਦੇਸ਼ ਦੇ ਵਿੱਚ ਇਹੀ ਮੰਗ ਹੈ ਕਿ ਅਜਿਹੇ ਦਰਿੰਦਿਆਂ ਦੇ ਲਈ ਇੱਕ ਅਜਿਹੀ ਸਜ਼ਾ ਹੋਵੇ, ਮਿਸਾਲੀ ਸਜ਼ਾ ਹੋਵੇ ਕਿ ਕੋਈ ਇਸ ਤਰੀਕੇ ਦਾ ਕਦਮ ਚੁੱਕਣ ਤੋਂ ਪਹਿਲਾਂ ਹਜ਼ਾਰ ਨਹੀਂ ਕਈ ਹਜ਼ਾਰ ਵਾਰ ਸੋਚੇ। ਇਸ ਸਭ ਦੇ ਵਿਚਾਲੇ ਅਸੀਂ ਹੁਣ ਜ਼ਿਕਰ ਕਰਦੇ ਹਾਂ, ਪੰਜਾਬ ਦੇ ਵਿੱਚ ਵੀ ਅਸਰ ਨਜ਼ਰ ਆ ਰਿਹਾ ਹੈ ਔਰ ਕਾਬਲੇ ਗੌਰ ਹੈ ਕਿ ਡਾਕਟਰਾਂ ਦੀ ਹੜਤਾਲ ਦੇ ਵਿੱਚ ਡਾਕਟਰ ਬਲਬੀਰ ਸਿੰਘ ਪਹੁੰਚੇ ਨੇ, ਡਾਕਟਰਾਂ ਨੂੰ ਹੜਤਾਲ ਖਤਮ ਕਰਨ ਦੀ ਉਹਨਾਂ ਦੇ ਵੱਲੋਂ ਅਪੀਲ ਕੀਤੀ ਗਈ। ਪ੍ਰਧਾਨ ਮੰਤਰੀ ਮੋਦੀ ਅਤੇ ਗ੍ਰਹਿ ਮੰਤਰੀ ਨੂੰ ਚਿੱਠੀ ਲਿਖਾਂਗੇ, ਡਾਕਟਰ ਬਲਬੀਰ ਸਿੰਘ ਇਹ ਕਹਿੰਦੇ ਹੋਏ ਨਜ਼ਰ ਆਏ। ਕਾਬਲੇ ਗੌਰ ਹੈ ਕਿ ਸਰਕਾਰ ਚਿੰਤਤ ਹੈ, ਇਹ ਵੀ ਉਹਨਾਂ ਦੇ ਵੱਲੋਂ ਕਿਹਾ ਗਿਆ। ਪੰਜਾਬ ਦੇ ਵਿੱਚ ਵੀ ਡਾਕਟਰਾਂ ਦੀ ਹੜਤਾਲ ਦਾ ਅਸਰ ਨਜ਼ਰ ਆ ਰਿਹਾ ਔਰ ਸਿੱਧੇ ਤੌਰ 'ਤੇ ਜਿਹੜੇ ਮਰੀਜ਼ ਹੁੰਦੇ ਨੇ ਉਹ ਪਰੇਸ਼ਾਨ ਹੁੰਦੇ ਨੇ, ਆਪਾਂ ਸਮਝ ਸਕਦੇ ਹਾਂ ਇਸ ਪੂਰੇ ਮਾਮਲੇ ਦੇ ਵਿੱਚ, ਕਿਉਂਕਿ ਜਦੋਂ ਡਾਕਟਰ ਹੜਤਾਲ ਦੇ ਉੱਤੇ ਜਾਂਦੇ ਨੇ, ਪਰ ਜੇ ਡਾਕਟਰਾਂ ਦੇ ਪੱਖ ਤੋਂ ਸੋਚਿਆ ਜਾਵੇ ਇੰਨੀ ਘਿਨੌਣੀ ਵਾਰਦਾਤ ਨੂੰ ਅੰਜਾਮ ਦੇ ਦਿੱਤਾ ਗਿਆ ਉਹਨਾਂ ਦੇ ਸਾਥੀ ਦੇ ਨਾਲ, ਬੇਸ਼ੱਕ ਉਹ ਕੋਲਕਾਤਾ ਦੇ ਵਿੱਚ ਸੀ ਤਾਂ ਗੁੱਸਾ ਡੈਫੀਨੇਟਲੀ ਉਹਨਾਂ ਦੇ ਵਿੱਚ ਵੀ ਹੋਣਾ ਹੀ ਸੀ। ਰੋਸ ਜਤਾਇਆ ਜਾ ਰਿਹਾ ਅਤੇ ਇਸ ਵਿਚਾਲੇ ਹੜਤਾਲ ਕੀਤੀ ਗਈ, ਉਹ OPD ਸੇਵਾਵਾਂ ਸਿੱਧੇ ਤੌਰ 'ਤੇ ਪ੍ਰਭਾਵਿਤ ਨਜ਼ਰ ਆਈਆਂ ਨੇ। ਡਾਕਟਰ ਬਲਬੀਰ ਸਿੰਘ ਖੁਦ ਇੱਕ ਆਈ ਸਰਜਨ ਨੇ, ਉਹਨਾਂ ਦੇ ਵੱਲੋਂ ਪਟਿਆਲਾ ਦੇ ਵਿੱਚ ਪਹੁੰਚ ਕੇ ਜਿਹੜੇ ਪ੍ਰਦਰਸ਼ਨਕਾਰੀ ਡਾਕਟਰ ਸੀ ਉਹਨਾਂ ਦੇ ਨਾਲ ਬੈਠੇ, ਇੱਕ ਤਰੀਕੇ ਨਾਲ ਇਸ ਪੂਰੇ ਮਾਮਲੇ 'ਚ ਉਹਨਾਂ ਦੇ ਵੱਲੋਂ ਵੀ ਵਿਰੋਧ ਪ੍ਰਦਰਸ਼ਨ ਕੀਤਾ ਗਿਆ ਅਤੇ ਨਾਲ ਹੀ ਉਹਨਾਂ ਨੇ ਡਾਕਟਰਾਂ ਨੂੰ ਅਪੀਲ ਕੀਤੀ ਕਿ ਤੁਸੀਂ ਆਪਣੀ ਹੜਤਾਲ ਨੂੰ ਖਤਮ ਕਰ ਦਿਓ ਔਰ ਦੂਜੇ ਪਾਸੇ ਉਹ ਪ੍ਰਧਾਨ ਮੰਤਰੀ ਅਤੇ ਗ੍ਰਹਿ ਮੰਤਰੀ ਨੂੰ ਵੀ ਲਿਖਣਗੇ ਕਿ ਇਸ ਪੂਰੇ ਮਾਮਲੇ 'ਚ
ਇਨਸਾਫ ਜਲਦ ਤੋਂ ਜਲਦ ਹੋਵੇ। ਤਾਂ ਅਸਰ ਨਾ ਸਿਰਫ ਪੰਜਾਬ ਬਲਕਿ ਪੂਰੇ ਦੇਸ਼ ਦੇ ਵਿੱਚ ਨਜ਼ਰ ਆਇਆ ਹੈ। ਇਹ ਵੀ ਤੁਹਾਨੂੰ ਦੱਸ ਦਈਏ ਕਿ ਇਸ ਸਭ ਦੇ ਵਿੱਚ ਵਾਲੇ ਕੋਲਕਾਤਾ ਦੀ ਜਿਹੜੀ ਸਿਚੁਏਸ਼ਨ ਹੈ ਇਸ ਸਮੇਂ ਕੋਈ ਬਹੁਤੀ ਸੁਖਾਵੀ ਨਹੀਂ ਹੈ। ਕੋਲਕਾਤਾ 'ਚ ਸਾਲਟ ਲੇਕ ਸਟੇਡੀਅਮ ਦੇ ਵਿੱਚ ਜਿਹੜਾ ਫੁੱਟਬਾਲ ਦਾ ਮੈਚ ਸੀ ਉਹ ਉਸਨੂੰ ਵੀ ਰੱਦ ਕਰਨਾ ਪਿਆ। ਇਸ ਤਰੀਕੇ ਦੀ ਕੋਲਕਾਤਾ ਦੇ ਵਿੱਚ ਸਿਚੁਏਸ਼ਨ ਹੈ। ਹੜਤਾਲ 'ਚ ਵੀ ਹਿੱਸਾ ਲਿਆ, ਤੁਸੀਂ ਕੀ ਭਰੋਸਾ ਦਿੱਤਾ ਡਾਕਟਰਾਂ ਨੂੰ? ਮੈਂ ਇਹਨਾਂ ਨੂੰ ਭਰੋਸਾ ਦਿੱਤਾ ਕਿ ਅਸੀਂ ਕੱਲ੍ਹ ਨੂੰ ਮੈਂ ਮੀਟਿੰਗ ਬੁਲਾ ਲਈ ਆ ਆਲ ਦਾ ਜਿੰਨੀਆਂ ਤੁਹਾਡੀਆਂ ਇੰਡੀਅਨ ਮੈਡੀਕਲ ਐਸੋਸੀਏਸ਼ਨ ਜਿਹੜੀ ਬਿਗੈਸਟ ਐਨ ਜੀ ਓ ਆ, PCMS ਐਸੋਸੀਏਸ਼ਨ, ਟੀਚਰਸ ਐਸੋਸੀਏਸ਼ਨ, ਨਰਸਿਸ ਐਸੋਸੀਏਸ਼ਨ, ਜੂਨੀਅਰ ਡਾਕਟਰ ਐਸੋਸੀਏਸ਼ਨ, ਸਾਰਿਆਂ ਦੀ ਮੀਟਿੰਗ ਬੁਲਾ ਲਈ ਆ। ਉਹਨਾਂ ਨਾਲ ਬੈਠ ਕੇ ਡਿਸਕਸ ਕਰਕੇ ਜੋ ਕੁਛ ਉਹ ਕਹਿਣਗੇ ਕਰਵਾ ਕੇ ਦਿਆਂਗੇ ਉਹਨਾਂ ਨੂੰ। ਸੇਫਟੀ ਸਿਕਿਉਰਿਟੀ ਕਰਾਂਗੇ, ਮੈਂ ਇਹਨਾਂ ਨੂੰ ਅਪੀਲ ਕਰਦਾ ਇਹਨਾਂ ਦੇ ਪੇਰੈਂਟਸ ਨੂੰ, ਇਹਨਾਂ ਨੂੰ ਅਸ਼ੋਰ ਕਰਦਾ ਕਿ ਫੁੱਲ ਪਰੂਫ ਸਿਕਿਉਰਿਟੀ ਦਿਆਂਗੇ, ਕੋਨਫੀਡੈਂਸ ਬਿਲਡਿੰਗ ਮੈਜਰਸ ਵੀ ਕਰਾਂਗੇ, ਸਿਕਿਉਰਿਟੀ ਮੈਜਰਸ ਵੀ ਕਰਾਂਗੇ। ਨਿਸ਼ਚਿੰਤ ਹੋ ਕੇ ਮੈਂ ਇਹਨਾਂ ਨੂੰ ਬੇਨਤੀ ਕਰਦਾ ਕਿ ਤੁਸੀਂ 5 ਦੇ ਬੈਚ 'ਚ ਬਹਿ ਕੇ ਧਰਨਾ ਜਾਰੀ ਰੱਖੋ ਆਪਣਾ, ਲੇਕਿਨ OPD ਸਰਵਿਸ ਸ਼ੁਰੂ ਕਰ ਦਿਓ। ਇਹ ਮੈਂ ਅਪੀਲ ਕਰਦਾ ਇਹਨਾਂ ਨੂੰ ਕਿ ਆਪਾਂ ਮਰੀਜ਼ਾਂ ਨੂੰ ਦਿੱਕਤ ਨਾ ਦਿਓ। ਤੁਸੀਂ ਸੈਂਟਰ ਸਰਕਾਰ ਨੂੰ, ਕੇਂਦਰ ਸਰਕਾਰ ਨੂੰ ਲੈਟਰ ਲਿਖਣ ਦੀ ਗੱਲ ਕੀਤੀ ਹੈ? ਮੈਂ ਉਹਨਾਂ ਨੂੰ ਲੈਟਰ ਲਿਖਾਂਗਾ ਜੀ। ਪਹਿਲਾਂ ਮੈਂ ਉਹਦਾ ਗਰੁੱਪ ਦਾ, ਵਰਕਿੰਗ ਗਰੁੱਪ ਦਾ ਮੈਂਬਰ ਸੀਗਾ, ਜਿਹਦੇ ਵਿੱਚ ਇਹ ਸੀਗਾ ਕਿ ਸੈਂਟਰ ਲਾ ਹੋਵੇ, ਜਿਹੜੀ ਵਾਇਲੈਂਸ ਅਗੇਂਸਟ ਮੈਡੀਕਲ ਪਰਸਨਲ ਆ, ਨੋਨ ਅਵੇਲੇਬਲ ਅਫੈਂਸ ਹੋਵੇ, 6 ਸਾਲ ਦੀ ਸਜ਼ਾ ਹੋਵੇ, ਜਿਹਨੇ ਡਾਕਟਰ ਦੇ ਥੱਪੜ ਵੀ ਮਾਰਤਾ ਉਹ ਵੀ ਅੰਦਰ ਹੋਵੇ ਅਤੇ 6 ਮਿੰਟ ਤੋਂ ਪਹਿਲਾਂ ਬਾਹਰ ਨਹੀਂ ਆਉਣਾ ਜੀ। ਕਿਸੇ ਦੀ ਹਿੰਮਤ ਨਹੀਂ ਪੈਗੀ, ਜੇ ਗਾਰਡ ਵੀ ਕੱਢਤੀ ਤਾਂ ਵੀ ਅੰਦਰ ਜਾਣਾ ਜੀ। ਸੋ ਇਹਦੇ ਨਾਲ ਵਾਇਲੈਂਸ ਕੰਟਰੋਲ ਹੋਏਗੀ, ਸੈਂਟਰ ਲਾ ਇਜ਼ ਏ ਮਸਟ, ਉਹਦੀ ਸਰਟਨਟੀ ਆਫ ਪਨਿਸ਼ਮੈਂਟ ਇਜ਼ ਏ ਮਸਟ। ਜਿਹੜਾ ਇਨਿਸ ਕ੍ਰਾਈਮ ਉਹਨੂੰ ਪਹਿਲੇ ਸਾਲ 'ਚ ਫਾਂਸੀ ਦੇ ਤਖ਼ਤੇ 'ਤੇ ਲਟਕਾ ਦਿਓ, ਉਹਨੂੰ ਜੋ ਕਰਨਾ ਉਹਨੂੰ ਦਿਨਾਂ ਦੇ ਵਿੱਚ ਟ੍ਰਾਇਲ ਕਰੋ, ਉਹਦੀ ਸਵੇਰ ਤੋਂ ਸ਼ਾਮ ਤੱਕ ਉਹਨੂੰ ਇੱਕ ਹਫ਼ਤੇ 'ਚ ਲਟਕਾ ਦਿਓ ਉਹਨਾਂ ਨੂੰ। ਇਸ ਤੋਂ ਬਾਅਦ ਲੋਕਾਂ ਦੇ ਮਨ 'ਚ ਜਿਹੜਾ ਹੈਗਾ ਫੀਅਰ ਆਫ ਲਾਅ ਇਜ਼ ਏ ਮਸਟ, ਮੈਂ ਯੂਨੀਅਨ ਹੈਲਥ ਮਿਨਿਸਟਰ ਨੂੰ ਵੀ ਲਿਖਾਂਗਾ ਜੀ, ਮਾਨਯੋਗ ਪ੍ਰਾਈਮ ਮਿਨਿਸਟਰ ਨੂੰ, ਮਾਨਯੋਗ ਹੋਮ ਮਿਨਿਸਟਰ ਨੂੰ ਵੀ ਲਿਖਾਂਗਾ ਕਿ ਇਹ ਲਾਅ ਲੈ ਕੇ ਆਓ। ਸਾਰੇ ਮੈਂ MPs ਨੂੰ ਲਿਖਾਂਗਾ ਕਿ ਤੁਸੀਂ ਸਾਰੇ ਇਹਨੂੰ ਸਪੋਰਟ ਕਰੋ, ਇਫ ਨੀਡ ਵੀ ਤਾਂ ਪ੍ਰਾਈਵੇਟ ਮੈਂਬਰਸ ਬਿੱਲ ਲੈ ਕੇ ਆਓ। ਸਰ OPD ਬੰਦ ਸੀਗੀਆਂ 2 ਦਿਨ ਤੋਂ, ਹੁਣ ਕੀ ਭਰੋਸਾ ਮਿਲਿਆ ਵੀ ਕੱਲ੍ਹ ਹੋ ਜਾਣਾ? ਮੈਂ ਉਹਨਾਂ ਨੂੰ ਅਪੀਲ ਕੀਤੀ ਆ, ਦੇ ਵਿਲ ਕੰਸੀਡਰ ਇਟ ਸਿੰਪੈਥੈਟਿਕਲੀ। ਠੀਕ ਹੈ। ਸੋ ਡਾਕਟਰ ਬਲਵੀਰ ਨੇ ਜਿਨ੍ਹਾਂ ਨੇ ਕਿਹਾ ਕਿ ਮੈਂ ਡਾਕਟਰਸ ਨਾਲ ਗੱਲ ਕੀਤੀ ਹੈ ਤਾਂ ਉਮੀਦ ਹੈ ਕਿ ਕੱਲ੍ਹ ਤੋਂ ਬਾਅਦ ਪਟਿਆਲਾ ਜ਼ਿਲ੍ਹੇ ਦੇ ਵਿੱਚ ਜਿਹੜੀ OPDs ਨੇ ਖੁੱਲ੍ਹ ਜਾਣਗੀਆਂ ਅਤੇ ਮਰੀਜ਼ਾਂ ਨੂੰ ਰਾਹਤ ਮਿਲੂਗੀ। ਨਾਲ ਹੀ ਉਹਨਾਂ ਨੇ ਡਾਕਟਰ ਨੂੰ ਅਪੀਲ ਕੀਤੀ ਹੈ ਕਿ ਉਹ ਸਿਰਫ 5-5 ਦੇ ਬੈਚ ਦੇ ਵਿੱਚ ਆਪਣੀ ਸੰਕੇਤਕ ਹੜਤਾਲ ਹੈ ਜਿਹੜੀ ਉਹ ਜਾਰੀ ਰੱਖਣ, ਪਰ ਲੋਕਾਂ ਦਾ ਇਲਾਜ ਬੰਦ ਨਾ ਹੋਵੇ। ਸੋ ਇਸ ਤੋਂ ਸਾਫ਼ ਹੈ ਕਿ ਡਾਕਟਰ ਬਲਵੀਰ ਸਿੰਘ ਦਾ ਜੋ ਭਰੋਸਾ ਦਿੱਤਾ ਹੈ ਉਹ ਦੇਖਣਾ ਇਹ ਹੋਵੇਗਾ ਕਿ ਕੱਲ੍ਹ ਨੂੰ ਜਿਹੜੇ IMA ਜਾਂ ਦੂਸਰੇ ਰੈਜੀਡੈਂਟ ਡਾਕਟਰ ਨੇ ਇਸ ਭਰੋਸੇ ਦੇ ਉੱਪਰ ਕਿੰਨਾ ਅਮਲ ਕਰਦੇ ਨੇ ਅਤੇ OPD ਖੁੱਲ੍ਹਦੀ ਹੈ ਜਾਂ ਨਹੀਂ। ਪਟਿਆਲਾ ਦੇ ਰਾਜਿੰਦਰਾ ਹੋਸਪਿਟਲ ਤੋਂ ਮਨੋਜ ਸ਼ਰਮਾ, News18 ਪੰਜਾਬ। ਹੁਣ ਕੇਂਦਰ ਦੀ ਸਰਕਾਰ ਦੇ ਸਾਹਮਣੇ ਕੀ ਮੰਗ ਰੱਖੀ ਜਾਂਦੀ ਹੈ ਉਹ ਇੱਕ ਜ਼ਰੂਰ ਤੁਸੀਂ ਕਹਿ ਸਕਦੇ ਹੋ ਮੁੱਦਾ ਹੈਗਾ, ਪਰ ਇਸ ਸਭ ਦੇ ਵਿਚਾਲੇ ਇਨਸਾਫ ਕਿਸ ਤਰੀਕੇ ਨਾਲ ਮਿਲੇਗਾ? ਸਿਰਫ ਗੱਲ ਰੇਪ ਤੇ ਕਤਲ ਤੱਕ ਸੀਮਿਤ ਸੀ ਜਾਂ ਫਿਰ ਇਹ ਪੂਰਾ ਮਾਮਲਾ ਇਸ ਤੋਂ ਅੱਗੇ ਵੀ ਵੱਧ ਰਿਹਾ ਹੈ? ਇੱਕ ਹੋਰ ਅਹਿਮ ਖਬਰ ਹੈ ਜੋ ਮੈਂ ਪਹਿਲਾਂ ਜ਼ਿਕਰ ਕਰ ਰਿਹਾ ਸੀ, ਕੋਲਕਾਤਾ ਦੇ ਸਾਲਟ ਲੇਕ ਸਟੇਡੀਅਮ ਦੇ ਨਾਲ ਮੋਹਨ ਬਗਾਨ ਅਤੇ ਈਸਟ ਬੰਗਾਲ ਦਾ ਜਿਹੜਾ ਫੁੱਟਬਾਲ ਮੈਚ ਸੀ ਇਸ ਨੂੰ ਰੱਦ ਕਰ ਦਿੱਤਾ ਗਿਆ ਹੈ, ਔਰ ਸੁਰੱਖਿਆ ਕਾਰਨਾਂ ਦੀ ਵਜ੍ਹਾ ਦੇ ਨਾਲ ਇਹ ਮੈਚ ਕੈਂਸਲ ਕਰਨ ਦਾ ਡਿਸੀਜ਼ਨ ਲਿਆ ਗਿਆ। ਇਸ ਸਮੇਂ ਅਹਿਮ ਖਬਰ ਹੈ, ਕੋਲਕਾਤਾ ਦੀ ਸਥਿਤੀ ਤੁਸੀਂ ਸਮਝ ਸਕਦੇ ਹੋ, ਲੋਕਾਂ ਦਾ ਜਿਹੜਾ ਪ੍ਰੋਟੈਸਟ ਹੈ, ਕੋਲਕਾਤਾ ਦੇ ਸਾਲਟ ਲੇਕ ਸਟੇਡੀਅਮ ਦੇ ਬਾਹਰ ਹੰਗਾਮਾ ਹੋਇਆ, ਮੋਹਨ ਬਗਾਨ ਅਤੇ ਈਸਟ ਬੰਗਾਲ ਦਾ ਜਿਹੜਾ ਫੁੱਟਬਾਲ ਮੈਚ ਹੈ ਉਹ ਸੀ ਅਤੇ ਉਸਨੂੰ ਫਿਰ ਰੱਦ ਕਰਨਾ ਪਿਆ। ਸੁਰੱਖਿਆ ਕਾਰਨਾਂ ਦਾ ਹਵਾਲਾ ਦਿੱਤਾ ਗਿਆ, ਮੈਚ ਰੱਦ ਹੋਣ ਦੇ ਉੱਤੇ ਦਰਸ਼ਕਾਂ ਦੇ ਵੱਲੋਂ ਫਿਰ ਪ੍ਰਦਰਸ਼ਨ ਕੀਤਾ ਗਿਆ। ਸਟੇਡੀਅਮ ਦੇ ਬਾਹਰ ਪ੍ਰਦਰਸ਼ਨਕਾਰੀਆਂ ਦਾ ਇਕੱਠ ਨਜ਼ਰ ਆਇਆ, ਪੁਲਿਸ ਨੇ ਪ੍ਰਦਰਸ਼ਨਕਾਰੀਆਂ ਦੇ ਉੱਤੇ ਲਾਠੀਚਾਰਜ ਵੀ ਕੀਤਾ, ਜਿਸ ਕਰਕੇ ਉੱਥੇ ਇੱਕ ਹਫੜਾ ਦਫੜੀ ਵਾਲੀ ਸਥਿਤੀ ਵੀ ਬਣ ਗਈ, ਮਾਹੌਲ ਤਣਾਅਪੂਰਨ ਹੋ ਗਿਆ ਅਤੇ ਦਰਸ਼ਕਾਂ ਨੂੰ ਟਿਕਟ ਦੇ ਪੈਸੇ ਵਾਪਸ ਕਰਨ ਦਾ ਵੀ ਐਲਾਨ ਕੀਤਾ ਗਿਆ। ਦਰਅਸਲ ਰੇਪ ਅਤੇ ਕਤਲ ਮਾਮਲੇ ਤੋਂ ਬਾਅਦ ਸੁਰੱਖਿਆ ਕਾਰਨਾਂ ਨੂੰ ਲੈ ਕੇ ਇਹ ਮੈਚ ਰੱਦ ਕਰਨਾ ਪਿਆ, ਜਿਸ ਤੋਂ ਬਾਅਦ ਇਹ ਹੰਗਾਮਾ ਹੋ ਗਿਆ। ਫੁੱਟਬਾਲ ਜੇ ਅਸੀਂ ਭਾਰਤ ਦੇ ਵਿੱਚ ਕਹੀਏ ਤਾਂ ਬੰਗਾਲ ਹੀ ਇੱਕ ਐਸਾ ਸੂਬਾ ਜਿੱਥੇ ਬਹੁਤ ਜ਼ਿਆਦਾ ਫੁੱਟਬਾਲ ਖੇਡੀ ਜਾਂਦੀ ਹੈ, ਦੇਖੀ ਜਾਂਦੀ ਹੈ,
ਔਰ ਜਿਹੜੇ ਉੱਥੇ ਮੈਚਿਸ ਨੇ ਉਸਨੂੰ ਦੇਖਣ ਦੇ ਲਈ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਲੋਕ ਪਹੁੰਚਦੇ ਨੇ। ਕੋਲਕਾਤਾ ਤੋਂ ਸਿੱਧੀਆਂ ਤਸਵੀਰਾਂ ਇਸ ਸਮੇਂ ਤੁਸੀਂ ਦੇਖ ਰਹੇ ਹੋ। ਸੁਰੱਖਿਆ ਕਾਰਨਾਂ ਕਰਕੇ ਇਹ ਮੈਚ ਨੂੰ ਰੱਦ ਕਰਨਾ ਪਿਆ ਹੈ। ਇੱਕ ਸੈਂਟੀਮੈਂਟਸ ਹੁੰਦੇ ਨੇ ਲੋਕਾਂ ਦੇ, ਬਹੁਤ ਸਾਰੀ ਡਿਸੀਜ਼ਨ ਇਸ ਕਰਕੇ ਵੀ ਲੈ ਲਏ ਜਾਂਦੇ ਨੇ, ਔਰ ਉਹੀ ਕੁਝ ਇਸ ਸਮੇਂ ਕੋਲਕਾਤਾ ਦੇ ਵਿੱਚ ਨਜ਼ਰ ਆਇਆ, ਕਿਉਂਕਿ ਮੈਚ ਤਾਂ ਹੋਣਾ ਸੀ ਫੁੱਟਬਾਲ ਦਾ, ਪਰ ਉੱਥੇ ਸਥਿਤੀ ਇਸ ਤਰੀਕੇ ਦੀ ਬਣੀ, ਇਸ ਖਾਸ ਤੌਰ 'ਤੇ ਜੋ ਘਟਨਾਕ੍ਰਮ ਵਾਪਰਿਆ ਕੋਲਕਾਤਾ ਦੇ ਆਰ ਜੀ ਕਰ ਮੈਡੀਕਲ ਕਾਲਜ ਦੇ ਵਿੱਚ, ਤਾਂ ਉਸ ਤੋਂ ਬਾਅਦ ਫਿਰ ਹੁਣ ਮੈਚ ਨੂੰ ਕੈਂਸਲ ਕਰਨ ਦਾ ਡਿਸੀਜ਼ਨ ਲਿਆ ਗਿਆ। ਜਿਹੜਾ ਮੋਹਨ ਬਗਾਨ ਅਤੇ ਈਸਟ ਬੰਗਾਲ ਦੇ ਵਿੱਚ ਇਹ ਮੈਚ ਸੀ, ਹਜ਼ਾਰਾਂ ਦੀ ਤਾਦਾਦ 'ਚ ਲੋਕ ਪਹੁੰਚੇ ਹੋਏ ਸੀ, ਬਾਹਰ ਉਹਨਾਂ ਨੇ ਹੰਗਾਮਾ ਸ਼ੁਰੂ ਕਰ ਦਿੱਤਾ। ਖੈਰ ਫਿਲਹਾਲ ਇਹ ਵੀ ਕਲੀਅਰ ਕਰ ਦਿੱਤਾ ਗਿਆ ਕਿ ਜਿਹੜੇ ਲੋਕਾਂ ਦੀਆਂ ਟਿਕਟਸ ਨੇ ਉਹਨਾਂ ਦੇ ਪੈਸੇ ਵਾਪਸ ਕਰ ਦਿੱਤੇ ਜਾਣਗੇ। ਮੈਚ ਦੁਬਾਰਾ ਕਦੋਂ ਹੋਏਗਾ ਇਹ ਕਲੀਅਰ ਨਹੀਂ। ਅਤੇ ਜਿਹੜਾ ਪੂਰਾ ਪ੍ਰੋਟੈਸਟ ਕੋਲਕਾਤਾ ਦੇ ਵਿੱਚ ਹੁੰਦਾ ਹੋਇਆ ਨਜ਼ਰ ਆ ਰਿਹਾ, ਇੱਕ ਪਾਸੇ ਕੋਲਕਾਤਾ ਦੇ ਵਿੱਚ ਜਿਹੜਾ ਮੈਚ ਕੈਂਸਲ ਹੋਇਆ ਉਸ ਤੋਂ ਬਾਅਦ ਲੋਕਾਂ ਦੇ ਵਿੱਚ ਗੁੱਸਾ ਜਿਹੜੇ ਫੁੱਟਬਾਲ ਦੇ ਫੈਨਸ ਨੇ, ਅਤੇ ਦੂਜੇ ਪਾਸੇ ਇਹਨਾਂ ਦੇ ਵਿੱਚ ਉਹ ਲੋਕ ਵੀ ਨੇ ਜਿਹੜੇ ਇਸ ਪੂਰੇ ਘਟਨਾਕ੍ਰਮ ਤੋਂ ਬਾਅਦ ਬਹੁਤ ਆਹਤ ਨੇ। ਜੋ ਰੇਪ ਅਤੇ ਕਤਲ ਦਾ ਮਾਮਲਾ ਸਾਹਮਣੇ ਆਇਆ ਟ੍ਰੇਨੀ ਡਾਕਟਰ ਦੇ ਨਾਲ, ਉਸ ਨੂੰ ਲੈ ਕੇ ਕੋਲਕਾਤਾ ਦਰਿੰਦਗੀ ਮਾਮਲੇ ਤੋਂ ਬਾਅਦ ਗ੍ਰਹਿ ਮੰਤਰਾਲਾ ਸਖ਼ਤ, ਸੂਬਿਆਂ ਨੂੰ ਹਰ 2 ਘੰਟੇ 'ਚ ਕਾਨੂੰਨ ਵਿਵਸਥਾ ਦੀ ਰਿਪੋਰਟ ਦੇਣ ਦੇ ਆਦੇਸ਼, ਫੈਕਸ, ਈਮੇਲ ਜਾਂ ਵਟਸਐਪ ਰਾਹੀਂ ਭੇਜਣੀ ਹੋਵੇਗੀ ਰਿਪੋਰਟ। ਨਿਰਭਿਆ ਦੀ ਮਾਤਾ ਆਸ਼ਾ ਦੇਵੀ ਨੇ ਕੋਲਕਾਤਾ ਕਾਂਡ ਦੀ ਕੀਤੀ ਨਿਖੇਧੀ, ਕਿਹਾ ਮੁਲਜ਼ਮਾਂ ਦੇ ਖਿਲਾਫ਼ ਹੋਵੇ ਸਖ਼ਤ ਕਾਰਵਾਈ, ਔਰਤਾਂ ਦੀ ਸੁਰੱਖਿਆ ਦੇ ਲਈ ਬਣਾਏ ਜਾਣ ਸਖ਼ਤ ਕਾਨੂੰਨ। ਕੋਲਕਾਤਾ 'ਚ ਮਹਿਲਾ ਡਾਕਟਰ ਦੇ ਨਾਲ ਰੇਪ ਅਤੇ ਕਤਲ ਤੋਂ ਬਾਅਦ ਪੰਜਾਬ ਦੇ ਵਿੱਚ ਵੀ ਹਸਪਤਾਲਾਂ 'ਚ ਵਾਧੂ ਸੀਸੀਟੀਵੀ ਕੈਮਰਿਆਂ ਦੇ ਨਾਲ ਵਧੀ ਸਿਕਿਉਰਿਟੀ, ਐਮਰਜੈਂਸੀ ਵਾਰਡ ਅਤੇ ਲੇਬਰ ਰੂਮ ਦੇ ਵਿੱਚ ਲਗਾਏ ਜਾ ਰਹੇ ਨੇ ਪੈਨਿਕ ਬਟਨ। 31 ਅਗਸਤ ਨੂੰ ਸ਼ੰਭੂ ਬਾਰਡਰ ਦੇ ਉੱਤੇ ਵੱਡਾ ਇਕੱਠ ਕਰਨਗੇ ਕਿਸਾਨ, ਕਿਸਾਨਾਂ ਦੇ ਧਰਨੇ ਨੂੰ 200 ਦਿਨ ਹੋ ਰਹੇ ਨੇ ਪੂਰੇ, ਸਰਵਨ ਸਿੰਘ ਭੰਦੀਰ ਨੇ ਕੀਤਾ ਐਲਾਨ। ਮੁੱਖ ਮੰਤਰੀ ਮਾਨ ਨੇ ਭਾਰਤੀ ਹਾਕੀ ਟੀਮ ਦੇ ਖਿਡਾਰੀਆਂ ਨੂੰ ਕੀਤਾ ਸਨਮਾਨਿਤ, ਓਲੰਪਿਕ ਦੇ ਵਿੱਚ ਬ੍ਰੌਂਜ਼ ਮੈਡਲ ਜਿੱਤਣ ਦੇ ਲਈ ਦਿੱਤੇ 1-1 ਕਰੋੜ ਰੁਪਏ, ਅਗਲੀ ਵਾਰ ਹਾਕੀ 'ਚ ਗੋਲਡ ਮੈਡਲ ਦੀ ਜਿਤਾਈ ਉਮੀਦ। ਤਹਿਸੀਲਦਾਰਾਂ ਨੇ ਵਾਪਸ ਲਈ ਹੜਤਾਲ ਦੀ ਕਾਲ, ਮੰਤਰੀ ਜਿੰਪਾ ਦੇ ਨਾਲ ਮੀਟਿੰਗ ਦੇ ਵਿੱਚ ਬਣੀ ਸਹਿਮਤੀ, ਕੱਲ੍ਹ ਤੋਂ 3 ਦਿਨਾਂ ਦੀ ਹੜਤਾਲ ਦੇ ਉੱਤੇ ਜਾਣ ਦਾ ਕੀਤਾ ਸੀ ਐਲਾਨ। ਮੁੰਬਈ ਦੀ ਏਸੀ ਲੋਕਲ ਟ੍ਰੇਨ ਦੇ ਵਿੱਚ ਟੀਈ ਜਸਬੀਰ ਸਿੰਘ ਦੇ ਨਾਲ ਕੁੱਟਮਾਰ, ਇੱਕ ਸ਼ਖਸ ਨੇ ਸਾਥੀਆਂ ਦੇ ਨਾਲ ਮਿਲ ਕੇ ਕੀਤੀ ਕੁੱਟਮਾਰ, ਮੁਲਜ਼ਮਾਂ ਦੇ ਕੋਲ ਟ੍ਰੇਨ ਦੇ ਵਿੱਚ ਨਾ ਚੱਲਣ ਕਾਰਨ ਟੀਟੀ ਨੇ ਲਗਾਇਆ ਸੀ ਜੁਰਮਾਨਾ। ਘਟਨਾ ਤੋਂ ਬਾਅਦ ਮੁਲਜ਼ਮ ਨੇ ਟੀਟੀ ਤੋਂ ਮੰਗੀ ਲਿਖਤੀ ਮਾਫ਼ੀ, ਜਸਬੀਰ ਸਿੰਘ ਨੇ ਚੇਤਾਵਨੀ ਦੇ ਕੇ ਛੱਡਿਆ ਮੁਲਜ਼ਮ, ਮੁੜ ਅਜਿਹਾ ਕਰਨ 'ਤੇ ਸਖ਼ਤ ਕਾਰਵਾਈ ਦੀ ਦਿੱਤੀ ਚੇਤਾਵਨੀ। ਸ਼੍ਰੋਮਣੀ ਕਮੇਟੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਘਟਨਾ ਦੀ ਕੀਤੀ ਨਿਖੇਧੀ, ਕਿਹਾ ਸਿੱਖਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਵੇ ਮਹਾਰਾਸ਼ਟਰ ਸਰਕਾਰ, ਮੁਲਜ਼ਮਾਂ ਦੇ ਖਿਲਾਫ਼ ਹੋਵੇ ਬਣਦੀ ਕਾਰਵਾਈ। ਅਕਾਲੀ ਦਲ ਨੇ ਵੀ ਕੀਤੀ ਮੁੰਬਈ ਘਟਨਾ ਦੀ ਨਿਖੇਧੀ, ਸੁਖਬੀਰ ਸਿੰਘ ਬਾਦਲ ਨੇ ਮੁਲਜ਼ਮਾਂ ਦੇ ਖਿਲਾਫ਼ ਮੰਗੀ ਸਖ਼ਤ ਕਾਰਵਾਈ, ਤਾਂ ਮਜੀਠੀਆ ਨੇ ਕਿਹਾ ਸਿੱਖਾਂ ਦੀ ਸੁਰੱਖਿਆ ਬਣਾਈ ਜਾਵੇ ਯਕੀਨੀ।